हां जी ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡਾ ਤੁਹਾਡੇ ਆ ਦੇ YouTube ਚੈਨਲ ਟਰੈਕਟਰ VR2 ਤੇ ਤੇ ਬਾਜੀ ਜੇ ਕਿਸੇ ਨੇ ਕੋਈ ਵੀ ਐਡ ਲਵਾਉਣੀ ਹੋਵੇ ਖੇਤੀਬਾੜੀ ਵਾਲੇ ਸੰਦਾਂ ਦੇ ਤਹਿਤ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਾਲ ਤਵੀਆਂ ਕੰਪੈਨ ਕੋਈ ਟਰਾਲੀ ਜਾਂ ਫਿਰ ਰੇੜੀ ਵਗੈਰਾ ਜਾਂ ਕੋਈ ਜ਼ਮੀਨ ਦੀ ਜਾਂ ਫਿਰ ਪਲਾਟ ਵਗੈਰਾ ਦੀ ਕੋਈ ਵੀ ਐਡ ਲਵਾਉਣੀ ਹੋਵੇ ਸਾਡੇ ਹੇਪਨ ਨੰਬਰ WhatsApp ਦੇ ਨੰਬਰ ਬਾਜੀ ਸਕਰੀਨ ਤੇ ਸ਼ੋ ਹੋ ਰਹੇ ਨੇ 7340945602 ਆਣੀ ਤੋਂ ਦਸ ਫੋਟੋਆਂ ਭੇਜ ਕੇ ਤੁਸੀਂ ਫਰੀ ਦੇ ਵਿੱਚ ਚਾਰ ਲਵਾ ਸਕਦੇ ਹੋ ਜੀ ਤੇ ਬਾਈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੋਨਾ ਲੀਖਾ 750 3 ਆਈ ਜੀ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2013 ਮਾਡਲ ਹੈ ਜੀ ਟਰੈਕਟਰ ਇਹ ਪੂਰਾ ਸਾਫ਼ ਸੰਭਾਈ ਦੇ ਵਿੱਚ ਰੱਖਿਆ ਹੋਇਆ ਪੀ ਵੀ 13 ਨੰਬਰ ਹੈ ਜੀ ਤੇ 2700 ਘੰਟੇ ਚੱਲਿਆ ਜੀ ਕੁੱਲ ਟਾਇਰਾਂ ਦੀ ਗੱਲ ਕਰੀਏ ਜੀ 98% ਟਾਇਰ ਨੇ ਕੋਸ਼ਕ ਟਾਈਮ ਪਹਿਲਾਂ ਪਵਾਏ ਸੀ ਆ ਝੋਨਿਆਂ ਤੋਂ ਪਹਿਲਾਂ ਪਹਿਲਾਂ ਜਦੋਂ ਲਿਆ ਇਹ ਉਦੋਂ ਦੇ ਟਾਇਰ ਪਵਾਏ ਹੋਏ ਨੇ ਤੇ ਇਹ ਟਰੈਕਟਰ ਯਾਨੀ ਕਿ ਬਾਈ ਮੈਨੂੰ ਪਤਾ ਕਿ ਮੈਥੋਂ ਵੇਖ ਕੇ ਯਾਨੀ ਕਿ ਲਿਆ ਸੀਗਾ ਇਹ ਨਹੀਂ ਕਿ ਮੈਨੂੰ ਫੋਨ ਫੋਨ ਲਾਇਆ ਸੀ ਬਾਈ ਨੇ ਤੇ ਉਦੋਂ ਲਿਆ ਇਹ ਟਰੈਕਟਰ ਬਹੁਤ ਵਧੀਆ ਟਰੈਕਟਰ ਆ ਇਹ ਬਾਜ ਵਗੈਰਾ ਬਹੁਤ ਸੈਟ ਆ ਇਹਦੀ ਮੈਂ ਸਾਰਾ ਕੁਝ ਵੇਖੀ ਰੀ ਸਟਾਰਟਿੰਗ ਵਗੈਰਾ ਬਾਜ ਵਗੈਰਾ ਸਾਰਾ ਕੁਝ ਸੈਟ ਕੋਈ ਇੰਜਨ ਦਾ ਕੰਮ ਨਹੀਂ ਕੋਈ ਗੇਅਰ ਦਾ ਕੰਮ ਨਹੀਂਗਾ ਤੇ ਕੋਈ ਮਗਰਲੇ ਸਿਰ ਕੋਈ ਆਵਾਜ਼ ਨਹੀਂ ਕੋਈ ਕੰਮ ਨਹੀਂ ਭਾਲਦਾ ਗੇ ਟਰੈਕਟਰ ਬਸ ਸਿਰਫ ਜਿਹੜੇ ਉਹ ਪਾਵਰ ਸਟੀering ਉਹ ਹੈ ਨਹੀਂ ਸੈਂਪਲ ਸਟੀering ਤਾਂ ਇਹਨੂੰ ਦਾ ਥੋੜਾ ਰੇਟ ਵੀ ਯਾਨੀ ਕਿ ਪਾਵਰ ਸਟੀering ਨਾਲੋਂ ਘੱਟ ਤੇ ਉਹਦਾ ਕੋਈ ਚੱਕਰ ਨਹੀਂ ਹੁੰਦਾ ਯਾਰ ਉਹ ਤਾਂ ਐਵੇਂ ਕਹੀਏ 5 10 15000 ਚ ਹੋ ਜਾਂਦਾ ਵਧੀਆ ਹਰੇ ਪਟਿਆਲੇ ਨੂੰ ਜਮਾਨ ਲੈ ਆ ਕੇ ਤੇ ਡਿਸਟ੍ਰਿਕਟ ਹੈਗੀ ਮਾਨਸਾ ਪੰਜਾਬ ਰੇਟ ਹੈਗਾ 390000 ਰੁਪਇਆ ਭਾਈ ਜਿਹੜਾ ਰੇਟ ਪੂਰਾ ਜੈਨੂਅਲ ਰੇਟ ਹੈ ਯਾਰ ਅਗਲੇ ਨੇ ਮੰਗਿਆ ਥੋੜਾ ਬਹੁਤਾ ਘੱਟ ਵੱਧ ਕੀਤਾ ਜਾਊਗਾ ਯਾਰ ਇਹਦੇ ਵਿੱਚ ਵਿੱਚ ਕੋਈ ਗੱਲ ਨਹੀਂ ਹੋਊਗੀ ਤੇ ਇਕੱਲਾ ਯਾਨੀ ਕਿ ਪਾਵਰ ਸਟੀering ਦਾ ਹੀ ਆ ਹੋਰ ਨਹੀਂ ਕੁਛ ਹੈਗਾ ਇਹਦੇ ਵਿੱਚ ਬਾਕੀ ਸਾਰਾ ਵਧੀਆ ਪਿਆ ਆਲ オリジナル ਕੋਈ ਰੰਗ ਨਹੀਂ ਚੇਂਜ ਹੋਇਆ ਗਾ ਰਿਮਾਂ ਦਾ ਨਹੀਂ ਰੰਗ ਨਾ ਕੋਈ ਸ਼ੋਅ ਵਗੈਰਾ ਦਾ ਰੰਗ ਚੇਂਜ ਨਹੀਂ ਹੋਇਆ ਤੇ ਇੱਕ ਭਾਈ ਜੈਨੂਨ ਕਸਟਮਰ ਹੈ ਜਿਹੜੇ ਜਿੰਨਾਂ ਨੇ ਲੈਣਾ ਹੀ ਲੈਣਾ ਉਹੀ ਫੋਨ ਲਾਉਣ ਯਾਰ ਜਿਹੜੇ ਯਾਨੀ ਕਿ ਨਹੀਂ ਲੈਣਾ ਨਹੀਂ ਹੁੰਦਾ ਤੁਸੀਂ ਫੋਨ ਲਾ ਲੈਨੇ ਆ ਯਾਰ ਵੀ ਤੁਹਾਡੇ ਰੇਟ ਨਹੀਂ ਫਿੱਟ ਪੈਂਦਾਗਾ ਤੇ ਉਹ ਫੋਨ ਨਾ ਲਾਉਣ ਕੋਈ ਕਿਉਂ ਹੈ ਅੰਗਰੇਜ਼ ਨੂੰ ਯਾਰ ਐਵੇਂ ਤਕਲੀਫ ਹੁੰਦੀ ਆ ਸੋ ਅੱਗੇ ਗੱਲ ਕਰਦੇ ਆ ਬਾਈ ਜੀ ਫਾਰਮ ਟਰੈਕ ਚੈਂਪੀਗਨ 35 ਦੀ 35 ਤੋਂ 40 ਹਾਰਸ ਪਾਵਰ ਦਾ ਵਾਲਾ ਬਈ ਟਰੈਕਟਰ ਹੈ ਇਹ ਹੱਦ 40 ਵਾਲਾ ਇਹ ਵੀ ਪਾਵਰ ਸਟੀering ਬਾਈ ਉਮੀ ਹੋ ਜਾਂਦਾ ਜੇ ਮੈਂ ਪੀਲਾ ਕਿਉਂਕਿ ਇਹਦਾ ਹਿੱਸਾ ਸਿੱਧਾ ਹੀ ਆ ਕੋਈ ਬਾਲਾ ਜੀ ਇਹਦਾ ਖਰਚ ਥੋੜਾ ਜਿਆਦਾ ਹੁੰਦਾ ਤਾਂ ਵੀਕ ਲੱਗ ਜਾਂਦਾ ਵਜੇ ਕਰਾਉਣਾ ਵਾ ਤੇ 2003 ਮਾਡਲ ਹੈ ਜੀ ਇਹ ਟਰੈਕਟਰ ਚਾਰੋਂ ਟਾਇਰਾਂ ਦੀ ਗੱਲ ਕਰੀਏ 80% ਟਾਇਰ ਨੇ ਜੀ ਪੱਕੇ ਸਾਫ ਬੇਦਾਗ ਟਾਇਰ ਨੇ ਅਗਲੇ ਟਾਇਰਾਂ ਤੇ ਮਗਰਹਾੜ ਚੜੇ ਹੋਏ ਨੇ ਛੋਵ ਵਗੈਰਾ ਦਾ ਰੰਗ ਵਧੀਆ ਪਿਆ ਜੀ ਨਾਲ ਦਾ ਰੰਗ ਪੇਂਟ ਆ ਇੰਜਨ ਦਾ ਰੰਗ ਪੇਂਟ ਨਾਲ ਦਾ ਜੀ ਗੀਅਰ ਦਾ ਰੰਗ ਪੇਂਟ ਨਾਲ ਦਾ ਕੋਈ ਰੰਗ ਨਹੀਂ ਚੇਂਜ ਹੋਇਆ ਜੀ ਰੈਂਜ ਨਾਲ ਰੰਗ ਪੇਂਟ ਬਸ ਜਿਹੜੇ ਮਗਰਲ ਮਗਰਾੜ ਨਹੀਂ ਉਹ ਖਰਾਬ ਹੋਏ ਨੇ ਉਹ ਕੋਈ ਬੜੀ ਵੱਡੀ ਚੀਜ਼ ਨਹੀਂ ਹੈਗੀ 5000 ਦੇ ਮਗਰਾੜਾ ਕੋਲ ਜੇ ਪਟਿਆਲੂ ਲੈ ਕੇ ਆਉਣੇ ਆ ਮੂ ਜੇ ਇਥੋਂ ਏਜੰਸੀ ਵਗੈਰਾ ਚੋਂ ਪਤਾ ਕਰੂੰਗਾ ਮਹਿੰਗੇ ਆ ਪਟਿਆਲ ਮੈਂ ਤੁਹਾਨੂੰ ਪਟਿਆਲੇ ਦਾ ਹਮੇਸ਼ਾ ਬਾਈ ਰੇਟ ਦੱਸਦਾ ਹਾਂ ਉਹਨਾਂ ਜਿਹੜਾ ਕੋਈ ਵੀ ਮੈਂ ਰੇਟ ਦੱਸਦਾ ਚੀਜ਼ਾਂ ਨਾ ਤੇ ਏਰੀਆ ਬਾਈ ਤੁਸੀਂ ਮਰੇ ਫੋਨ ਤੇ ਪੁੱਛ ਲਿਓ ਕਨਫਰਮ ਕਰ ਲਿਓ ਤੇ ਰੇਟ ਦੀ ਗੱਲ ਕਰੀਏ 1,90,000 ਰੁਪਏ ਡਿਮਾਂਡ ਆ ਠੀਕ ਆ ਜੀ ਬਾਕੀ ਥੋੜਾ ਬਹੁਤਾ ਘੱਟ ਵੱਧ ਕੀਤਾ ਜਾਊਗਾ ਇਹਦੇ ਵਿੱਚੋਂ ਤੁਸੀਂ ਬਾਕੀ ਮੌਕੇ ਤੇ ਮਾਲਕ ਨਾਲ ਗੱਲ ਕਰ ਲਿਓ ਇੰਜਨ ਦਾ ਕੰਪਾਲਦਾਨੀਆਂ ਦਾ ਕੋਈ ਗੀਅਰ ਤਾਂ ਨਾ ਮਗਰ ਲਿਸੇ ਦਾ ਸਾਰਾ ਯਾਨੀ ਕਿ ਸਿੱਕੇ ਬੰਦਿਆ ਸੀਲ ਟਰੈਕਟਰ ਆਪਾਂ ਕਹਿ ਲਓ ਸੀਲਡ ਟਰੈਕਟਰ ਠੀਕ ਆ ਜੀ ਕੋਈ ਰਿਪੇਅਰ ਨਹੀਂ ਗੀ ਕੁਛ ਨਹੀਂ ਪਾਲਦਾਗਾ ਤੇ ਰੇਡ ਮੈਂ ਦੁਬਾਰਾ ਦੱਸ ਦਿੰਦਾ 1,90,000 ਰੁਪਿਆ ਡਿਮਾਂਡ ਆ ਤੇ ਨੰਬਰ ਸਕਰੀਨ ਦੇ ਹਲੇ ਸ਼ੋ ਹੋ ਰਹੇ ਨਹੀਂ ਉਹਨਾਂ ਤੇ ਫੋਨ ਲਾ ਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਜਿਹੜੇ ਮੇਰੇ ਵੀਰ ਸੱਜਣ ਮਿੱਤਰ ਚਾਹਵਣ ਹੋਣ ਟਰੈਕਟਰ ਲੈਣ ਦੇ ਉਹ ਫੋਨ ਕਰ ਲੈਣ ਤੇ ਹੁਣ ਅੱਗੇ ਗੱਲ ਕਰਦੇ ਆ ਮੈਂ ਜੀ ਗੱਡੀ ਦੀ ਹਾਲਟੂ ਗੱਡੀ ਹੈ ਬਾਈ ਜੀ ਬਿਕਾਉ ਤੇ 2010 ਮਾਡਲ ਹੈ ਇਹ ਠੀਕ ਆ ਜੀ ਵਧੀਆ ਸਾਫ ਸਮਝਾਈ ਦੇ ਵਿੱਚ ਗੱਡੀ ਪਈ ਹੈ ਇਹ ਕੋਈ ਰਿਪੇਅਰ ਨਹੀਂ ਭਾਲਦੀ ਕੋਈ ਇੰਜਨ ਦਾ ਕੰਮ ਨਹੀਂ ਕੋਈ ਗੇਅਰ ਦਾ ਕੰਮ ਨਹੀਂਗਾ ਅੰਦਰੋਂ ਵਧੀਆ ਪਈ ਆ ਤੇ ਮਾਡਲ ਦੀ ਗੱਲ ਕਰੀਏ 2010 ਮਾਡਲ ਲ ਗੱਡੀ ਇਹ ਐਲ ਐਕਸ ਆਈ 2010 ਮਾਡਲ ਸਾਰਾ ਰੰਗ ਪੀਣ Ориਜਨਲ ਆ ਜੀ ਨਾਲ ਦਾ ਤੇ ਇੰਟੀਰੀਅਰ ਵਗੈਰਾ ਦੀ ਗੱਲ ਕਰੀਏ ਵਧੀਆ ਇੰਟੀਰੀਅਰ ਪਿਆ ਆ ਤੁਸੀਂ ਇੰਟੀਰੀਅਰ ਦੀਆਂ ਫੋਟੋਆਂ ਵੇਖ ਲਓ ਵਧੀਆ ਪਿਆ ਵਾ ਕੋਈ ਝਰੀਟ ਤੱਕ ਨਹੀਂ ਹੈਗੀ ਤੇ 74000 ਕਿਲੋਮੀਟਰ ਚੱਲੀ ਹੋਈ ਹੈ ਗੱਡੀ ਇਹ ਠੀਕ ਹੈ ਜੀ ਤੇ ਰੇਟ ਹੈਗਾ 1,60,000 ਰੁਪਇਆ ਬਾਕੀ ਥੋੜਾ ਬਹੁਤਾ ਮੌਕੇ ਤੇ ਘੱਟ ਵੱਧ ਕੀਤਾ ਜਾਊਗਾ ਨੰਬਰ ਸਕਰੀਨ ਦੇਖ ਲੈ ਸ਼ੋ ਹੋ ਰਹੇ ਨੇ ਸੋਨੂੰ ਫੋਨ ਲਾਓ ਉਹਨਾਂ ਤੇ ਜਿਹੜੇ ਮੇਰੇ ਵੀਰ ਸੱਜਣ ਮਿੱਤਰ ਚਾਹਵਣ ਹੋਣ ਇਹ ਗੱਡੀ ਲੈਣ ਦੇ ਉਹ ਫੋਨ ਕਰ ਲੈਣ ਮਾਲਕਾਂ ਨੂੰ ਤੇ ਰੇਟ ਵੀ ਬਾਈ ਜਮਾ ਮਾਰਕੀਟ ਹੀ ਆ ਕੋਈ ਨਾ ਵੱਧ ਮੰਗਿਆ ਅਗਲੇ ਨਾ ਘੱਟ ਮੰਗਿਆ ਵਾ ਤੇ ਹੁਣ ਅੱਗੇ ਗੱਲ ਕਰਦੇ ਆ ਬਾਈ ਜੀ ਫਾਰਮ ਟਰੈਕ 45 ਦੀ 2010 ਮਾਡਲ ਆ ਬਾਈ ਜੀ ਟਰੈਕਟਰ ਇਹ ਟਾਇਰਾਂ ਦੀ ਗੱਲ ਕਰੀਏ 90 ਪੈਸੇ ਟਾਇਰ ਨੇ ਜੀ ਇਹਦੇ ਤੇ ਵੈਸੇ ਹੈ ਇਹਨਾਂ ਕੋਲ ਬਾਜੀ ਦੋ ਟਰੈਕਟਰ ਫਾਰਮ ਟਰੈਕ ਉਹਦੀ ਮੈਂ ਏਡ ਕਰ ਲੂੰ ਪਾਉਂਗਾ ਦੂਜੇ ਦੀ ਕਿਉਂਕਿ ਅੱਜ ਫਾਰਮ ਟਰੈਕ ਦੋ ਇਕੱਠੇ ਹੋ ਗਏ ਸੀਗੇ ਫਿਰ ਮੈਂ ਵੱਧ ਫਾਰਮ ਟਰੈਕ ਪਾਈ ਨਹੀਂ ਤੇ ਵਧੀਆ ਰੰਗ ਪੇਂਟ ਹੈ ਜੀ ਲਾਲ ਦਾ ਕੋਈ ਰੰਗ ਪੇਂਟ ਨਹੀਂ ਚੇਂਜ ਹੋਇਆਗਾ ਨਾ ਸ਼ੋਰ ਦਾ ਨਾ ਇੰਜਨ ਦਾ ਨਾ ਗੇਅਰ ਦਾ ਨਾ ਮਗਰਲੇ ਹਿਸੇ ਦਾ ਕੋਈ ਕੰਮ ਨਹੀਂ ਭਾਲਦਾ ਕੋਈ ਇੰਜਨ ਦਾ ਕੰਮ ਨਹੀਂ ਕੋਈ ਗিয়ার ਦਾ ਨਹੀਂ ਕੋਈ ਮਗਰਲੇ ਇਸੇ ਵਗੈਰਾ ਦਾ ਨਹੀਂ ਕਿਤੋਂ ਆਵਾਜ਼ ਨਹੀਂ ਹੈਗੀ ਕਿਤੋਂ ਕੋਈ ਲੀਕ ਕਿਸ ਵੀ ਕੀ ਨਹੀਂ ਹੈਗੀ ਜੈਨੂਨ ਪਾਰਟਸ ਨੇ ਸਾਰੇ ਤੇ ਰੇਟ ਵੀ ਪੂਰਾ ਮਾਰਕੀਟ ਵੈਲਿਊ ਰੱਖੀ ਹੋਈ ਆ 3 ਲੱਖ ਤੇ 15000 ਰੁਪਈਆ ਡਿਮਾਂਡ ਹੈ ਇਹਦੀ ਤੇ ਬਾਕੀ ਏਰੀਆ ਦੀ ਗੱਲ ਕਰੀਏ ਤਰਵੰਡੀ ਸਭ ਏਰੀਆ ਵੀਰਾਂ ਦਾ ਬਾਕੀ ਤੁਸੀਂ ਕੋਈ ਨਾ ਐਡਰੈਸ ਵਗੈਰਾ ਜਿਹੜਾ ਕਰਦਾ ਉਹ ਮਾਲਕਾਂ ਨੂੰ ਫੋਨ ਲਾ ਕੇ ਪੁੱਛ ਲਿਓ ਜਿਹੜੇ ਮੇਰੇ ਵੀਰ ਸੱਜਣ ਮਿੱਤਰ ਚਾਹਵਣ ਹੋਣ ਇਹ ਟਰੈਕਟਰ ਲੈਣ ਦੇ ਤੇ ਨੰਬਰ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਨੇ ਉਹਨਾਂ ਤੇ ਵੀ ਫੋਨ ਲਾ ਕੇ ਇਹ ਟਰੈਕਟਰ ਖਰੀਦ ਸਕਦੇ ਹੋ ਜਿਹੜੇ ਵੀ ਚਾਹਵਣ ਹੋਣ ਉਹੀ ਕਿਰਪਾ ਕਰਕੇ ਫੋਨ ਲਾਇਆ ਕਰੋ ਤੇ ਧੰਨਵਾਦ ਭਾਈ ਜੀ ਵੀਡੀਓ ਪੂਰੀ ਵੇਖਣ ਦੇ ਲਈ ਜੇ ਵਧੀਆ ਲੱਗੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਕਰਨਾ ਹੋਇਆ ਜੇ ਤੁਹਾਨੂੰ ਵਧੀਆ ਲੱਗਦਾ ਹੋਇਆ ਤਾਂ ਸੋ ਧੰਨਵਾਦ ਬਾਈ ਜੀ ਬਹੁਤ ਬਹੁਤ ਵੀਡੀਓ ਪੂਰੀ ਵੇਖਣ ਦੇ ਲਈ